होटल है जी हुसैनपुरा चौंक च, इत्थे लड़की जिहड़ी आ उहदी बॉडी डेड बॉडी मिली आ, जो असीं इत्थे आए हां उहदी डेड बॉडी जो गुजारा तो निशान नहीं हैगे आ, असीं इन्वेस्टिगेशन कर रहे हैं इन्हां को होटल वालिआं को कौन कौन ठहरे सी, की इन्हां को शनाख्ती कार्ड ने, की इन्हां ने अपनी आइडेंटिफिकेशन दित्ती आ, ਉਹ ਸਾਰੇ ਇਹਦੇ ਨਾਲ ਕਿੰਨੇ ਬੰਦੇ ਸੀ, ਸਾਰੇ ਇਨਵੈਸਟੀਗੇਸ਼ਨ ਕਰ ਸਰ ਕੁੜੀ ਦਾ ਕੀ ਨਾਮ ਹੈ ਅਤੇ ਕਿੱਥੋਂ ਦੇ ਰਹਿਣ ਇਹ ਸਿਮਰਨਦੀਪ ਕੌਰ ਲੜਕੀ ਦਾ ਨਾਮ ਆ, ਇਹ ਇੱਥੇ ਗਮਟਾਲਾ ਦੀ ਰਹਿਣ ਵਾਲੀ ਆ, ਇਹਦੀ ਮੈਰਿਜ ਜਿਹੜੀ ਆ ਸੰਗਰੂਰ ਸਾਈਡ ਹੋਈ ਸੀ, ਠੀਕ ਹੈ, ਬਾਕੀ ਇਹਦੇ ਵਾਰਸ ਇੱਥੇ ਆਏ ਨੇ, ਅਸੀਂ ਬਾਕੀ ਜੋ ਵੀ ਤਫਤੀਸ਼ ਗੱਲ ਸਾਹਮਣੇ ਆਏਗੀ ਤੁਹਾਡੇ ਧਿਆਨ 'ਚ ਲਿਆਵਾਂ ਸਰ। ਇਹ ਕਿ ਆਪਣਾ ਰੂਮ ਦੋ ਸੀ ਇਕੱਠੇ ਜੁਆਇੰਟ ਸੀ? ਹਾਂਜੀ ਦੋ ਰੂਮ ਸੀ ਜੁਆਇੰਟ ਸੀ ਜੀ। ਇਹ ਹੁਣ ਕਰ ਰਹੇ ਵੀ ਇਕੱਠੇ ਆਏ ਆ, ਕੌਣ ਕੌਣ ਆਏ ਸਰ ਦੱਸ ਸਰ ਕਿੰਨੇ ਵਿਅਕਤੀ ਆਏ ਆ? ਇਹ ਤਿੰਨ ਦੱਸ ਰਹੇ, ਬਾਕੀ ਅਸੀਂ ਵੈਰੀਫਾਈ ਨਹੀਂ। ਇਹ ਕਵਾਂਗੇ ਜੇ ਸੁਸਾਈਡ ਤੇ ਜਾਂ ਮਰਡਰ? ਨਹੀਂ ਜੀ, ਇਹਦੇ 'ਚ ਜ਼ਿਆਦਾ ਤੌਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ, ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਠੀਕ, ਤੁਹਾਨੂੰ ਨਹੀਂ ਪਤਾ ਕੀ ਹੋਇਆ ਜਿਹੜੀ ਸਮਝ ਤੁਹਾਡੀ ਬੇਟੀ ਹੈ ਕਿੱਥੇ ਵਿਆਹੀ ਸੀ ਅਤੇ ਕਿੱਥੋਂ ਕਿੱਥੇ ਆਉਣਾ ਸੀ? ਬਰਸਾਨ ਆਉਣਾ ਹੈ। ਅੱਛਾ, ਕਿੰਨੇ ਦਿਨ ਹੋ ਗਿਆ ਆਈ ਹੈ ਘਰੋਂ? ਕੱਲ੍ਹ ਆਈ ਕਿ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਆਈ ਆ? ਅੱਛਾ, ਫਿਰ ਤੁਹਾਨੂੰ ਤਾਂ ਇੰਨਾ ਨਹੀਂ, ਮੈਂ ਮੰਮੀ ਕੱਲ੍ਹ ਆਊਂਗੀ ਅਤੇ ਮੈਂ ਤੂੰ ਨਾ ਆਈ, ਤੂੰ ਕੀ ਲੈਣ ਆਉਣਾ? ਅੱਛਾ, ਤੁਹਾਨੂੰ ਤਾਂ ਹੁਣ ਪਤਾ ਲੱਗਿਆ ਫੋਨ ਆ ਕਿ ਆਹ ਘਰ ਦੇ ਸੁਮਨ ਦੀ ਡੈਥ ਹੋ ਗਈ ਆ। ਅੱਛਾ, ਨਹੀਂ ਵਿਅਕਤੀ ਪਤਾ ਲੱਗੇ ਤੁਹਾਨੂੰ ਕੌਣ ਹੈ ਮੁੰਡੇ? ਹਾਂਜੀ, ਮੁੰਡੇ ਪਤਾ ਲੱਗੇ ਕੌਣ ਹੈ ਜੀ, ਕੌਣ ਨੂੰ ਲੈ ਕੇ ਆਏ? ਇਹ ਨਹੀਂ ਪਤਾ ਲੱਗਾ। ਹਾਂਜੀ, ਇਹ ਸਾਨੂੰ ਪਤਾ ਹੀ ਨਹੀਂ, ਕਿਸੇ ਗੱਲ ਦਾ ਪਤਾ ਹੀ ਨਹੀਂ। ਮੰਗ ਕੀ ਕਰਦੇ ਜੇ? ਮੰਗ ਇਨਸਾਫ ਦੀ ਕੀ ਮੰਗਦੇ ਜੇ? ਸਜ਼ਾ ਪਾਉਣਾ ਚਾਹੁੰਦੇ ਜੇ ਉਹਨਾਂ ਨੂੰ ਜਿਹਨਾਂ ਨੇ ਘਟਾਉਣ ਜਾਂ ਦਿੱਤਾ, ਕੀ ਕਹਿਣਾ ਚਾਹੁੰਦੇ? ਕੀ ਹੋਇਆ ਜੀ ਭਾਅ ਜੀ? ਸਾਨੂੰ ਤਾਂ ਪਤਾ ਹੀ ਨਹੀਂ। ਤੁਹਾਨੂੰ ਕੀ ਇਨਫੋਰਮ ਕੀਤਾ ਪੁਲਿਸ ਨੇ? ਤੁਹਾਨੂੰ ਕੋਈ ਪਤਾ ਹੀ ਨਹੀਂ, ਅਸੀਂ ਤਾਂ ਆਏ ਹਾਂ ਚਾਚੇ ਚਾਚੇ ਦਾ ਦਵਾਈ ਭਰ ਗਿਆ ਹੈ ਅਤੇ ਉਹਦੇ ਉਹਨਾਂ ਨੂੰ ਕਲਾਸ ਨੂੰ ਵੀ ਆਏ ਅਤੇ ਉੱਥੋਂ ਸਾਨੂੰ ਫੋਨ ਮਿਲਿਆ ਅਤੇ ਅਸੀਂ ਫੋਨ ਹੋਇਆ ਅਤੇ ਭੱਜੇ ਆਏ ਹਾਂ। ਤਾਂ ਉਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਕੀ ਕਿਹਾ, ਕੀ ਕਹਿ ਕੇ ਬੁਲਾਇਆ ਤੁਹਾਨੂੰ ਇੱਥੇ? ਸਾਨੂੰ ਸਾਡੇ ਮੁੰਡੇ ਨੇ ਫੋਨ ਕੀਤਾ ਸੀ, ਕੀ ਕਹਿੰਦੇ ਵੀ ਆਹ ਗੱਲ ਹੋ ਗਈ ਆ? ਕੀ ਗੱਲ ਹੋ ਗਈ? ਵੀ ਸੁਮਨ ਦੀ ਡੈਥ ਹੋ ਗਈ ਆ। ਅੱਛਾ, ਤਾਂ ਲੜਕੀ ਵਿਆਹੀ ਸੀ? ਹਾਂਜੀ, ਲੜਕੀ ਵਿਆਹੀ। ਬੱਚੇ ਕਿੰਨੇ ਦਿਨ? ਬੱਚਾ ਇੱਕ ਤਾਂ ਆਉਂਦੇ ਸੀ, ਇੱਕ ਦਿਨ ਇੱਕ ਰਾਤ ਰਹਿਣਾ, ਦੂਜੇ ਦਿਨ ਮੈਂ ਘਰ ਆ ਜਿਹੜਾ। ਦੂਜੇ ਦਿਨ ਘਰ ਨਹੀਂ ਆਏ? ਇਹ ਘਰ ਆ ਜੀ, ਆਪਣੇ ਹੀ ਨਹੀਂ ਇਹਨੇ। ਤਾਂ ਇਹਦੇ ਜਿਹੜੇ ਪਤੀ, ਉਹਨਾਂ ਨੂੰ ਫੋਨ ਕਰ ਦਿੱਤਾ ਗਿਆ, ਉਹ ਇੱਥੇ ਪਹੁੰਚ ਰਹੇ? ਹਾਂਜੀ ਹਾਂਜੀ। ਮਨ ਕੀ ਕਰਦੇ ਜਾਂਚ, ਕਿਸ ਤਰ੍ਹਾਂ ਦੀ ਜਾਂਚ ਚੱਲਦੀ ਜੀ, ਕੀ ਸਜ਼ਾ ਚਾਹੁੰਦੇ? ਕੋਈ ਨਹੀਂ, ਸਾਨੂੰ ਜਦੋਂ ਨਾ ਆਏ ਦਾ ਪਤਾ ਨਾ ਗਏ ਦਾ ਪਤਾ, ਅਸੀਂ ਜਾਂਚ ਕੀ ਕਰਨੀ। ਉਮਰ ਕਿੰਨੀ ਸੀ ਲੜਕੀ? ਚੌੜੀ ਆ, 24 ਸਾਲ। ਨਾਮ ਕੀ ਹੈ? ਸੁਮਨ।